ਸਤਿ ਸ੍ਰੀ ਅਕਾਲ ਜੀ। ਅੱਜ ਸੱਜਣ ਕੁਮਾਰ ਦੇ ਖਿਲਾਫ ਜੋ ਇੱਕ ਦੂਸਰਾ ਕਤਲ ਦਾ ਮੁਕੱਦਮਾ ਚੱਲ ਰਿਹਾ, ਇਹ 1984 ਦੇ ਸਿੱਖਾਂ ਦੇ ਕਤਲੇਆਮ ਦੇ ਬਾਰੇ ਹੀ, ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣ ਵਾਸਤੇ ਇਹ ਵੀਡੀਓ ਪਾ ਰਿਹਾ। ਪਹਿਲਾ ਕੇਸ ਜੋ ਸੀਗਾ ਉਹ ਸੀਗਾ ਦਿੱਲੀ ਕੈਂਟ ਥਾਣੇ ਦਾ। ਉਸ ਦੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਆ ਅਤੇ 4 ਸਾਲ ਹੋ ਗਏ ਉਹ ਜੇਲ੍ਹ ਵਿੱਚ ਆ। ਉਹਨੇ ਬੜੀ ਕੋਸ਼ਿਸ਼ ਕੀਤੀ ਆ ਸੁਪਰੀਮ ਕੋਰਟ ਤੋਂ ਜ਼ਮਾਨਤ ਦੀ, ਜ਼ਮਾਨਤ ਨਹੀਂ ਮਿਲੀ। ਪਿੱਛੇ ਜੋ ਉਹਨੂੰ ਇੱਕ ਬੜੀ ਡਾਂਟ ਵੀ ਪਈ ਜਦੋਂ ਉਹਨੇ ਕਿਹਾ ਕਿ ਮੇਰਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਕਰਾਇਆ ਜਾਵੇ ਤਾਂ ਸੁਪਰੀਮ ਕੋਰਟ ਨੇ ਕਿਹਾ ਤੈਨੂੰ VIP ਟ੍ਰੀਟਮੈਂਟ ਕਿਉਂ? ਉਹਨੂੰ ਇਜਾਜ਼ਤ ਨਹੀਂ ਦਿੱਤੀ, ਕੋਈ ਉਹਨੂੰ ਜ਼ਮਾਨਤ ਨਹੀਂ ਦਿੱਤੀ, ਅਜੇ ਜੇਲ੍ਹ 'ਚ ਬੈਠਾ 4 ਸਾਲ ਹੋ ਗਏ। ਅਤੇ ਪਿੱਛੇ ਜੇ ਅਖਬਾਰਾਂ 'ਚ ਖਬਰਾਂ ਆਈਆਂ ਸੀ ਕਿ ਉਹਨੂੰ ਮਾਲੀ ਦੀ ਡਿਊਟੀ ਅਸਾਈਨ ਕੀਤੀ ਹੋਈ ਆ ਜੇਲ੍ਹ ਵਿੱਚ। ਉਹ ਕੇਸ ਸੀਗਾ ਦਿੱਲੀ ਕੈਂਟ ਦਾ। ਹੁਣ ਦੂਸਰਾ ਕੇਸ ਸੁਲਤਾਨਪੁਰੀ ਥਾਣੇ ਦਾ। ਦੋਨਾਂ 'ਚ ਚਾਰਜਸ਼ੀਟ ਇਕੱਠੇ ਫਾਈਲ ਹੋਈ ਸੀ। ਪਹਿਲਾਂ ਉਹ ਦਿੱਲੀ ਕੈਂਟ ਵਾਲੇ ਕੇਸ ਦੇ ਵਿੱਚ ਇਹ ਗਵਾਹੀਆਂ ਪੂਰੀਆਂ ਹੋਈਆਂ, ਉਸ ਤੋਂ ਬਾਅਦ ਇਹ ਸ਼ੁਰੂ ਹੋਈਆਂ ਸੀ ਇਹ ਸੁਲਤਾਨਪੁਰੀ ਵਾਲੇ ਕੇਸ ਦੇ ਵਿੱਚ। ਇਹਦੇ 'ਚ ਵੀ ਬੜੇ ਉਤਾਰ ਚੜਾਅ ਹੁੰਦੇ ਰਹੇ, ਤੁਹਾਨੂੰ ਵਾਰੀ ਵਾਰੀ ਦੱਸਦੇ ਰਹੇ ਹਾਂ। ਈਵਨ ਅਸੀਂ ਜੱਜ ਨੂੰ ਵੀ ਕਾਰੀ ਬਦਲਾਇਆ, ਉਹ ਜੱਜ ਐਵੀਡੈਂਸ ਹੀ ਗਲਤ ਤਰੀਕੇ ਨਾਲ ਰਿਕਾਰਡ ਕਰ ਰਿਹਾ ਸੀ। ਹਾਈਕੋਰਟ ਆ ਕੇ ਪਟੀਸ਼ਨ ਪਾਈ, ਜੱਜ ਤੋਂ ਕੇਸ ਟ੍ਰਾਂਸਫਰ ਕਰਾਇਆ, ਸਪੈਸ਼ਲੀ ਹਾਈਕੋਰਟ ਨੇ ਫਿਰ ਦੂਜੇ ਜੱਜ ਨੂੰ ਅਸਾਈਨ ਕੀਤਾ। ਉਹ ਸਾਰਾ ਕੁਛ ਮਤਲਬ ਕਿ ਉਸ ਤਰ੍ਹਾਂ ਕਾਫੀ ਕੁਛ ਇਹਦੇ ਵਿੱਚ ਹੋਇਆ ਕੇਸ ਵਿੱਚ, ਤੁਹਾਨੂੰ ਸਮੇਂ ਸਮੇਂ 'ਤੇ ਜਾਣਕਾਰੀ ਦੁਬਾਰੇ ਦਿੰਦੇ ਰਹੇ ਹਾਂ। ਹੁਣ ਇਸ ਦੇ ਵਿੱਚ ਗਵਾਹੀਆਂ ਖਤਮ ਹੋ ਗਈਆਂ, ਜੋ ਪ੍ਰੋਸੀਕਿਊਸ਼ਨ ਐਵੀਡੈਂਸ ਸੀ ਉਹ ਵੀ ਖਤਮ ਹੋ ਗਿਆ, ਡਿਫੈਂਸ ਐਵੀਡੈਂਸ ਵੀ ਖਤਮ ਹੋ ਗਿਆ। ਹੁਣ ਕੇਸ ਫਾਈਨਲ ਆਰਗੂਮੈਂਟ ਵਾਸਤੇ ਲੱਗਿਆ ਵਾ। 14 ਸਤੰਬਰ ਤੋਂ ਇਹਦੇ ਵਿੱਚ ਫਾਈਨਲ ਆਰਗੂਮੈਂਟ ਸ਼ੁਰੂ ਹੋਣਗੇ ਅਤੇ ਸਾਨੂੰ ਪੂਰੀ ਉਮੀਦ ਆ ਵਾਹਿਗੁਰੂ ਦੀ ਮਿਹਰ ਨਾਲ ਇਹਦੇ ਵਿੱਚ ਵੀ ਸਫਲਤਾ ਮਿਲੇਗੀ। ਅਤੇ ਇਹ ਦੂਜੇ ਕੇਸ ਵਿੱਚ ਵੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਏਗੀ, ਸਾਨੂੰ ਪੂਰੀ ਇਸ ਗੱਲ ਦੀ ਉਮੀਦ ਆ। ਇਹਦੇ ਵਿੱਚ ਮੰਗਾਂਗੇ ਅਸੀਂ ਕਿ ਇਹਨੂੰ ਫਾਂਸੀ ਦੀ ਸਜ਼ਾ ਦਿਓ, ਕਿਉਂਕਿ ਪਹਿਲਾਂ ਇੱਕ ਕੇਸ ਹੈ, ਦੂਜਾ ਕੇਸ ਆ, ਤਾਂ ਦੂਜੇ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਮੰਗਾਂਗੇ ਤਾਂ ਅਸੀਂ ਫਾਂਸੀ ਦੀ ਸਜ਼ਾ, ਉਮੀਦ ਹੈ ਕਿ ਸ਼ਾਇਦ ਫਾਂਸੀ ਦੀ ਸਜ਼ਾ ਹੀ ਕੋਰਟ ਦੇਵੇ, ਨਹੀਂ ਉਮਰ ਕੈਦ ਦੀ ਸਜ਼ਾ ਤਾਂ ਕਮ ਸੇ ਕਮ ਜ਼ਰੂਰ ਇਹਦੇ ਵਿੱਚ ਦਿੱਤੀ ਜਾਊਗੀ। ਤਾਂ ਇਸ ਕਰਕੇ ਇਹ ਜਾਣਕਾਰੀ ਦੇਣ ਵਾਸਤੇ ਅੱਜ ਤੁਹਾਨੂੰ ਇਹ ਮੈਂ ਵੀਡੀਓ ਪਾ ਰਿਹਾ। ਸਮੇਂ ਸਮੇਂ 'ਤੇ ਜੋ ਜੋ ਡਿਵੈਲਪਮੈਂਟ ਹੋਣਗੀਆਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।